ਫਿਰ ਆਪਾਂ ਦੂਜਾ ਪਾਰਸਲ ਵੀ ਕੱਢੀਏ। ਬੜੀ ਪੱਕੀ ਪੈਕਿੰਗ ਵਿੱਚ ਧਿਆਨ ਨਾਲ ਕੱਟਿਆ ਕਰਿਓ, ਜੇ ਤੁਹਾਡੇ ਤੁਸੀਂ ਵੀ ਕੋਈ ਔਨਲਾਈਨ ਸ਼ੋਪਿੰਗ ਕਰਦਾ ਤਾਂ ਨਾ ਹੋਵੇ ਕਿਤੇ ਕੱਪੜਾ ਕੱਟਿਆ ਜਾਵੇ, ਫਿਰ ਕੋਈ ਰਿਟਰਨ ਐਕਸਚੇਂਜ ਨਹੀਂ ਹੈਗਾ। ਕੋਟਨ ਦਾ ਫੈਬਰਿਕ ਹੈ, ਪਿਓਰ ਕੋਟਨ ਨਹੀਂ ਆ, ਥੋੜ੍ਹਾ ਜਿਹਾ ਮਿਕਸ ਹੈ ਪਰ ਫੈਬਰਿਕ ਵਧੀਆ ਹੈ। ਫਿਰ ਇੰਨੇ ਘੱਟ ਪ੍ਰਾਈਸ ਦੇ ਵਿੱਚ ਮਿਲਦਾ ਵੀ ਕੀ ਆ, ਹੈ ਨਾ। ਮਲਮਲ ਦਾ ਦੁਪੱਟਾ ਆ ਅਤੇ ਇਹ ਰਹੀ ਆਪਣੀ ਸ਼ਰਟ। ਗਲੇ 'ਤੇ ਪੱਟੀ ਲੱਗੀ ਹੋਈ ਹੈ ਮਲਮਲ ਦੀ ਚੁੰਨੀ ਹੈ, ਇਹ 5 ਮੀਟਰ ਕੱਪੜਾ ਆ ਅਤੇ 2.5 ਮੀਟਰ ਦਾ ਫੈਬਰਿਕ ਦੂਜਾ ਸੂਟ ਆਪਣਾ। ਅਤੇ ਇਹ ਮਿਲੇ ਸੀਗੇ, ਔਫਰ ਸੀਗਾ 2 ਸੂਟਾਂ ਦੇ, ਸ਼ਾਇਦ ਇੰਨਾ ਵੀ ਸੀ, ਮਾਰਕੀਟ ਨਾਲ ਤਾਂ ਬਹੁਤ ਸਸਤੇ ਨੇ। ਇਹਦੇ ਨਾਲ ਵੀ ਚੁੰਨੀ ਦੇਖੋ ਕਿੰਨੀ ਪਿਆਰੀ ਚੁੰਨੀ ਬਣੀ ਹੋਈ ਹੈ, ਠੀਕ ਹੈ। ਇਹ ਚੁੰਨੀ ਹੈ ਇਹਦੀ, ਸਲਵਾਰ ਆ ਮੋਡਨ, ਪਲਾਜ਼ੋ ਬਣਾਓ, ਸਲਵਾਰ ਬਣਾਓ, ਜੋ ਮਰਜ਼ੀ ਬਣਾਓ, ਠੀਕ ਹੈ। ਔਰ ਇਹਦੀ ਸ਼ਰਟ, ਇਹਦੀ ਸ਼ਰਟ 'ਤੇ ਵੀ ਬਾਰਡਰ ਆਉਂਦਾ ਹੈ ਅੱਗੇ, ਬਾਰਡਰ ਬਹੁਤ ਸੋਹਣਾ ਵਰਕ ਵਾਲਾ ਆ। ਸਾਰੇ ਸੂਟ ਬਹੁਤ ਸੋਹਣੇ ਆ, 5 ਸੂਟ ਮਤਲਬ ਕਿ 3 ਸੂਟਾਂ ਦਾ ਪਾਰਸਲ ਇੱਕ ਸੀ, 2 ਸੂਟਾਂ ਦਾ ਪਾਰਸਲ ਇੱਕ ਸੀ, ਕੱਪੜੇ ਬਹੁਤ ਸੋਹਣੇ ਆਏ ਆ। ਕਰ ਲਿਆ ਕਰੋ ਔਨਲਾਈਨ ਸ਼ੋਪਿੰਗ, ਕੋਈ ਡਰਦਾ ਹੈ ਨਹੀਂ, ਜਾਂ ਕੁਝ ਨਹੀਂ ਹੈਗਾ ਕਿ ਆਪਾਂ ਔਨਲਾਈਨ ਸ਼ੋਪਿੰਗ ਨਹੀਂ ਕਰਨੀ, ਕੱਪੜਾ ਖਰਾਬ ਨਿਕਲਦਾ ਹੈ, ਜੀ ਇੱਦਾਂ ਦਾ ਕੁਛ ਨਹੀਂ ਆ। ਮੈਂ ਤਾਂ ਫਿਲਹਾਲ 6-7 ਸਾਲ ਤੋਂ ਮੰਗਵਾ ਰਹੀ ਹਾਂ, ਮੇਰਾ ਤਾਂ ਅੱਜ ਤੱਕ ਕੋਈ ਕੱਪੜਾ ਖਰਾਬ ਨਿਕਲਿਆ ਨਹੀਂ। ਜੇ ਕੋਈ ਬਾਈ ਚਾਂਸ ਹੋਇਆ ਵੀ ਆ ਤਾਂ ਮੇਰਾ ਉਹਦਾ ਹੱਲ ਹੋ ਜਾਂਦਾ ਸੀ, ਜਾਂ ਇਹ ਰਿਟਰਨ ਕਰਵਾ ਦਿੰਦੀ ਸੀ ਜਾਂ ਐਕਸਚੇਂਜ ਕਰਵਾ ਦਿੰਦੀ ਸੀ, ਠੀਕ ਆ। ਆਪਣੇ ਕੱਪੜੇ ਬਹੁਤ ਸੋਹਣੇ ਆ ਗਏ ਆ, ਅਤੇ ਜੇ ਕਿਸੇ ਨੇ ਔਨਲਾਈਨ ਸ਼ੋਪਿੰਗ ਕਰਨੀ ਆ ਤਾਂ ਚੀਜ਼ ਅੱਗੇ ਕਰਿਆ ਕਰੋ, ਮੇਰਾ ਵੀ ਔਨਲਾਈਨ ਕੰਮ ਹੈਗਾ ਆ। ਜੇ ਕੋਈ ਮੇਰੇ ਨਾਲ ਔਨਲਾਈਨ ਸ਼ੋਪਿੰਗ 'ਚ ਇੰਟਰਸਟਡ ਹੈਗਾ ਆ ਤਾਂ ਮੈਂ ਲਿੰਕ ਸ਼ੇਅਰ ਕਰ ਦਾਂਗੀ, ਅਤੇ ਤੁਸੀਂ ਉਹਦੇ ਨਾਲ ਜੁੜੋ। ਆਪਾਂ ਡੇਲੀ ਅਪਡੇਟ ਕਰਦੇ ਹਾਂ, ਜਿੱਦਾਂ ਵੀ ਕੋਈ ਸੂਟ ਆਉਂਦਾ ਆ, ਨਿਊ ਅਪਡੇਟ ਆਉਂਦੇ ਨੇ ਅਤੇ ਮੈਂ ਡੇਲੀ ਅਪਡੇਟ ਕਰਦੀ ਹਾਂ। ਰੇਟ ਵੀ ਨੋਰਮਲ ਜਿਹੇ ਹੁੰਦੇ ਨੇ, ਕੋਈ ਜ਼ਿਆਦਾ ਰੇਟ ਨਹੀਂ ਹੁੰਦੇ। ਜੇ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਔਡਰ ਕਰੋ, ਨਹੀਂ ਤਾਂ ਤੁਹਾਡੀ ਇੱਛਾ ਹੈ, ਕੋਈ ਵੀ ਜ਼ਬਰਦਸਤੀ ਨਹੀਂ ਹੈਗੀ। ਜਿੰਨੇ ਵੀ ਪਾਰਸਲ ਆਉਂਦੇ ਰਹਿਣਗੇ ਆਪਾਂ ਤੁਹਾਨੂੰ ਦਿਖਾਉਂਦੇ ਰਹਾਂਗੇ। ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਵੀ ਕਰੋ। ਬਾਏ ਬਾਏ।